ਐਂਡ ਤੇ ਹੀ ਆਂਦਾ ਆ ਮੇਰਾ ਵੀਰ ਸਹੀ ਗੱਲ ਸਾ ਫਰੈਂਡ ਮੇਰਾ ਸੱਚੀ ਬਹੁਤ ਮਲੀ ਸਿਰ ਦਾ ਵੀ ਜ਼ੁਕਾਮ ਬੁਖਾਰ ਬਹੁਤ ਆ ਤੇ ਡੈਕਸ ਜ਼ਿਆਦਾ ਪੇਨ ਕਰਦੀਆਂ ਪਈਆਂ ਇਸ ਕਰਕੇ ਮੈਂ ਕਿਹਾ ਹੁਣ ਅੱਗੇ ਨਹੀਂ ਜਾਣਾ ਤੇ ਹੁਣ ਵਾਪਸੀ ਕਰਦੇ ਲੋ ਜੀ ਦੋਸਤੋ ਯਾਤਰਾ ਹੋ ਗਈ ਆਪਣੀ ਸਟਾਰਟ ਹਾਂਜੀ ਦੋਸਤੋ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਆ ਮੇਰੇ ਯੂਟਿਊਬ ਚੈਨਲ ਆਰ ਕੇ ਵਲੌਗਸ ਵਿੱਚ ਤੇ ਜਿੱਦਾਂ ਤੁਹਾਨੂੰ ਪਤਾ ਮਾਤਾ ਰਾਣੀ ਦੇ ਮੇਲੇ ਸਟਾਰਟ ਹੋ ਗਏ ਆ ਅੱਜ ਹੈਗੀ ਆ 17 ਅਗਸਤ ਤੇ ਮੇਲੇ ਹੋ ਗਏ ਸਟਾਰਟ ਮਾਤਾ ਰਾਣੀ ਦੇ ਤੇ ਆਪਾਂ ਜਾ ਰਹੇ ਹਾਂ ਮਾਤਾ ਰਾਣੀ ਦੇ ਮੱਥਾ ਟੇਕਣ ਜਿਹੜੇ ਮਾਤਾ ਨੂੰ ਪਿਆਰ ਕਰਦੇ ਆ ਮਾਤਾ ਚਰਨਾਂ 'ਚ ਹਾਜ਼ਰੀ ਲਗਾਉਣਾ ਚਾਹੁੰਦੇ ਆ ਇੱਕ ਵਾਰ ਕਮੈਂਟ ਵਿੱਚ ਜੇ ਮਾਤਾ ਜ਼ਰੂਰ ਲਿਖੋ ਅਤੇ ਇਸ ਵਾਰ ਮੇਰਾ ਨਾਲ ਫਿਰ ਵੀਰ ਜਾ ਰਿਹਾ ਹੈ ਦੀਪਾ ਅਤੇ ਆਹ ਦੇਖੋ ਜੀ ਦੀਪਾ ਅਤੇ ਆਪਾਂ ਜਾ ਰਹੇ ਹਾਂ ਹੁਸ਼ਿਆਰਪੁਰ ਤੋਂ ਸਿੱਧਾ ਆਪਾਂ ਜਾਣਾ ਹੈ ਆਪਣੇ ਮਾਤਾ ਰਾਣੀ ਦੇ ਦਰਸ਼ਨ ਕਰਨ ਚਿੰਤਪੁਰਨੀ ਮਾਤਾ ਪਹਿਲਾਂ ਉੱਥੇ ਜਾਵਾਂਗੇ ਫਿਰ ਦੇਖਦੇ ਹਾਂ ਨੈਕਸਟ ਆਪਾਂ ਕਿੱਥੇ ਜਾ ਰਹੇ ਹਾਂ ਅਤੇ ਇਸ ਟਾਈਮ ਆਪਾਂ ਖੜ੍ਹੇ ਹਾਂ ਬੂਟਾ ਮੰਡੀ ਪਾਰਕ ਜਿਹੜੀ ਕਿ ਤੁਹਾਨੂੰ ਪਤਾ ਜਲੰਧਰ ਵਿੱਚ ਮਸ਼ਹੂਰ ਆ ਵੀਡੀਓ ਵਿੱਚ ਬਣੇ ਰਹੋ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇੱਕ ਵਾਰ ਜੇ ਮਾਤਾ ਜ਼ਰੂਰ ਲਿਖੋ ਕਮੈਂਟ ਵਿੱਚ ਠੀਕ ਆ ਜੀ ਹੁਣ ਆਪਾਂ ਕਰਦੇ ਹਾਂ ਆਪਣਾ ਸਫ਼ਰ ਸਟਾਰਟ ਅਤੇ ਵੀਡੀਓ ਵਿੱਚ ਬਣੇ ਰਹੋ ਜੈ ਮਾਤਾ ਦੀ ਲਓ ਜੀ ਦੋਸਤੋ ਹੈਲਮੈਟ ਲਗਾ ਲਿਆ ਆਪਾਂ ਸਿਰ 'ਤੇ ਅਤੇ ਕਰੀਏ ਆਪਾਂ ਸਟਾਰਟ ਆਪਣਾ ਵਲੌਗ ਅਤੇ ਇੱਕ ਦੀਪਾ ਮੇਰਾ ਵੀਰ ਪਿੱਛੇ ਹੀ ਆ ਆ ਤੁਸੀਂ ਦੇਖਦੇ ਹੋ ਨੇ ਹਮੇਸ਼ਾ ਵੀਡੀਓ ਬਣਾਉਣ ਦੇ ਚੱਕਰਾਂ ਵਿੱਚ ਹੀ ਰਹਿੰਦਾ ਵੀਡੀਓ ਫੋਟੋ ਬਾਕੀ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਆ ਅਤੇ ਦੇਖਦੇ ਹਾਂ ਹੁਣ ਉੱਥੇ ਕਿੱਦਾਂ ਮੌਸਮ ਆਪਾਂ ਨੂੰ ਮਿਲਦਾ ਆ ਅਤੇ ਦੋ ਮੇਰੇ ਫਰੈਂਡ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਆ ਹੁਸ਼ਿਆਰਪੁਰ ਅਤੇ ਆਪਾਂ ਉਹਨਾਂ ਨੂੰ ਵੀ ਤੁਹਾਨੂੰ ਮਿਲਾਉਂਦੇ ਹਾਂ ਠੀਕ ਆ ਜੀ ਹੁਣ ਵੀਡੀਓ ਵਿੱਚ ਕੰਟੀਨਿਊ ਰਹੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਹਾਨੂੰ ਪਤਾ ਮਾਤਾ ਰਾਣੀ ਦੇ ਮੇਲੇ ਸਟਾਰਟ ਹੋ ਗਏ ਆ ਅਤੇ ਆਪਾਂ ਇੱਕ ਜਗ੍ਹਾ 'ਤੇ ਰੁਕੇ ਆ ਮਤਲਬ ਕਿ ਪੀਰਾਂ ਦੀ ਜਗ੍ਹਾ ਆ ਲੱਖਦਾਤਾ ਜੀ ਦੀ ਅਤੇ ਮੈਂ ਜਦੋਂ ਵੀ ਆਪਣੇ ਹਿਮਾਚਲ ਜਾਂਦਾ ਮਾਤਾ ਰਾਣੀ ਦੇ ਦਰਸ਼ਨ ਕਰਨ ਜਾਂਦਾ ਇੱਥੇ ਮੱਥਾ ਜ਼ਰੂਰ ਟੇਕ ਕੇ ਜਾਂਦਾ ਹਾਂ ਅਤੇ ਬਾਕੀ ਤੁਹਾਨੂੰ ਮਿਲਾਉਂਦੇ ਹਾਂ ਜੀ ਆ ਸਾਡੇ ਭਗਤ ਜੀ ਸੇਵਾ ਕਰ ਰਹੇ ਜੈ ਮਾਤਾ ਦੀ ਜੈ ਮਾਤਾ ਦੀ ਅਤੇ ਆਪਾਂ ਹੁਣ ਅੰਦਰ ਮੱਥਾ ਟੇਕ ਕੇ ਅਤੇ ਫਿਰ ਆਪਾਂ ਕਰਦੇ ਆਪਣੀ ਯਾਤਰਾ ਸਟਾਰਟ ਆ ਜਾਓ ਜੀ ਜੈ ਮਾਤਾ ਦੀ ਆਪਣੇ ਆ ਸਾਹਮਣੇ ਜਗ੍ਹਾ ਬਾਬਾ ਜੀ ਦੀ ਠੀਕ ਆ ਜੀ ਤਾਂ ਆਪਾਂ ਮੱਥਾ ਟੇਕਣ ਚੱਲੇ ਹਾਂ ਹੁਣ ਅੰਦਰ ਜੈ ਮਾਤਾ ਬਾਬਾ ਜੀ ਸਾਹਮਣੇ ਆਪਣੇ ਹੈਗੇ ਲੱਖਦਾਤਾ ਸਰਕਾਰ ਠੀਕ ਆ ਜੀ ਉੱਥੇ ਮੱਥਾ ਟੇਕ ਕੇ ਅਤੇ ਫਿਰ ਆਪਾਂ ਕਰਦੇ ਆਪਣਾ ਯਾਤਰਾ ਸਟਾਰਟ ਮਾਤਾ ਰਾਣੀ ਦੀ ਅਤੇ ਆਪਾਂ ਕਰਦੇ ਹੁਣ ਕੈਮਰਾ ਬੰਦ ਬਾਬਾ ਜੀ ਦਰਸ਼ਨ ਕਰ ਲਏ ਆ ਅਤੇ ਤੁਹਾਨੂੰ ਵੀ ਕਰਾਤੇ ਆ ਵੀਡੀਓ ਵਿੱਚ ਬਣੇ ਰਹੋ ਅਤੇ ਆਪਣੇ ਇੱਧਰ ਬਾਬਾ ਜੀ ਦੀ ਜਗ੍ਹਾ ਹੋਰ ਇੱਕ ਦੇਖ ਸਕਦੇ ਤੁਸੀਂ ਪਿੱਛੇ ਲਓ ਜੀ ਦੋਸਤੋ ਯਾਤਰਾ ਹੋ ਗਈ ਆਪਣੀ ਸਟਾਰਟ ਅਤੇ ਦੀਪਾ ਭਰਾ ਮੇਰਾ ਚਲਾ ਰਿਹਾ ਬਾਈਕ ਤੁਸੀਂ ਤਰਲੇ ਮਿੰਤਾ ਕਰਕੇ ਕਿਹਾ ਚਲਾ ਬਾਈਕ ਆਹ ਦੇਖੋ ਕਿੱਥੇ ਮੂੰਹ ਕਰ ਰਿਹਾ ਤੁਸੀਂ ਯਾਰ ਬਾਕੀ ਤੁਸੀਂ ਪਿੱਛੇ ਵਾਲਾ ਵਿਊ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਉਸ ਨੂੰ ਤੁਹਾਨੂੰ ਪਤਾ ਪਹਾੜੀਆਂ ਆਪਾਂ ਨੂੰ ਬੜੀਆਂ ਪਸੰਦ ਆ ਅਤੇ ਹੁਣ ਦੇਖਦੇ ਹਾਂ ਇਸ ਤੋਂ ਬਾਅਦ ਆਪਾਂ ਸੋਚ ਰਿਹਾ ਜੰਮੂ ਕਸ਼ਮੀਰ ਜਾਂ ਸ਼੍ਰੀਨਗਰ ਅਤੇ ਪਹਿਲਾਂ ਤੁਹਾਨੂੰ ਮਾਤਾ ਦੇ ਦਰਸ਼ਨ ਕਰਾ ਦਿੰਦੇ ਹਾਂ ਅਤੇ ਮੈਂ ਪਿੱਛੇ ਇੱਕ ਆਪਣੇ ਭਗਤ ਨੂੰ ਪੁੱਛਿਆ ਕਹਿੰਦੇ ਮੈਂ ਕਿਹਾ ਰਸ਼ ਕਿੰਨਾ ਕੁ ਕਹਿੰਦੇ ਰਸ਼ ਹਜੇ ਘੱਟ ਹੀ ਹੋਣਾ ਆ ਅਤੇ ਮੈਂ ਕਿਹਾ ਚਲੋ ਰਸ਼ ਘੱਟ ਹੋਵੇ ਤਾਂ ਵਧੀਆ ਮੱਥਾ ਟੇਕ ਹੋ ਜੇ ਮਾਤਾ ਰਾਣੀ ਦਾ ਅਤੇ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਅਤੇ ਕਈ ਸੰਗਤ ਆਪਣੇ ਤੁਰ ਕੇ ਆ ਰਹੀਆਂ ਆ ਅਤੇ ਲੰਗਰ ਤੁਸੀਂ ਦੇ ਸਕਦੇ ਆ ਕਿੰਨੇ ਲੱਗੇ ਹੋਏ ਆ ਆ ਲਓ ਜੀ ਮਾਤਾ ਰਾਣੀ ਦੇ ਲੰਗਰ ਚੱਲਦੇ ਪਏ ਆ ਮਤਲਬ ਕਿ ਬਹੁਤ ਜ਼ਿਆਦਾ ਲੰਗਰ ਚੱਲਦੇ ਪਏ ਮਾਤਾ ਰਾਣੀ ਦੇ ਅਤੇ ਕਾਫੀ ਵਧੀਆ ਲੱਗਦਾ ਆਪਾਂ ਨੂੰ ਵੀ ਅਤੇ ਜਿਹੜੇ ਵੀਰ ਮੇਰੇ ਤੁਰ ਕੇ ਆਉਂਦੇ ਆ ਅਤੇ ਉਹਨਾਂ ਵਾਸਤੇ ਵੀ ਸਭ ਤੋਂ ਵਧੀਆ ਆ ਕਿ ਮਾਤਾ ਰਾਣੀ ਦੇ ਭਗਤ ਤੁਰ ਕੇ ਜਾ ਰਹੇ ਆ ਅਤੇ ਨਾਲ ਬੱਚੇ ਵੀ ਆ ਬਜ਼ੁਰਗ ਵੀ ਆ ਅਤੇ ਮਤਲਬ ਕਿ ਮਾਤਾ ਰਾਣੀ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੀ ਉਹ ਮੇਰੇ ਵੀਰ ਭੈਣ ਭਰਾ ਸਾਰੇ ਤੁਰ ਕੇ ਜਾਂਦੇ ਆ ਅਤੇ ਬਾਕੀ ਤੁਸੀਂ ਦੇਖ ਸਕਦੇ ਆ ਥਾਂ ਥਾਂ ਜਗ੍ਹਾ 'ਤੇ ਲੰਗਰ ਲੱਗੇ ਹੋਏ ਮਾਤਾ ਰਾਣੀ ਦੇ ਬਾਕੀ ਆਪਾਂ ਵੀ ਰੋਕ ਕੇ ਕਿਤੇ ਲੰਗਰ ਖਾਵਾਂਗੇ ਕਿਉਂਕਿ ਸਵੇਰ ਦਾ ਫਿਰ ਆਪਾਂ ਤੁਰੇ ਹੋਏ ਹਾਂ ਅਤੇ ਭੁੱਖ ਲੱਗੀ ਹੋਈ ਆ ਬਸ ਇੱਕ ਰਾਸਤੇ ਆਪਾਂ ਪਾਣੀ ਪੀਤਾ ਸੀਗਾ ਅਤੇ ਥੋੜ੍ਹਾ ਅੱਗੇ ਜਾ ਕੇ ਮੰਦਿਰ ਦੇ ਲਾਗੇ ਆ ਕੇ ਆਪਾਂ ਲੰਗਰ ਖਾਵਾਂਗੇ
फ्रेंड्स अपने एक रास्ते में रुक गए उत्थे सीगा लंगर कुल्फियां दा लगा ते गर्मी वादू सीगी ते मैं चलो एक कुल्फी खा लिए ते फिर थोड़ा अंदर अगे आके लंगर खांदे आ वो सामने लंगर चल रहा आ पूड़ियां छोले नाल खीर ते बस वो खा के फिर आप बस पहुँचने वाले माता रानी के दर्शन करने वाले हाँ। तो मैं सोचा कि माता रानी दर्शन करके तो फिर आप वापसी घर जाने क्योंकि मेरी सेहत भी बहुत खराब है, मैंने 3 दिन तो फीवर आ, तो इस करके होर सफर नहीं होना मेरे तो आप माता रानी दर्शन करके तो फिर आप वापस जाने। तो वीडियो में बने रहो, तो हूँ बस मेडिसिन का टाइम हो रहा, पहला लंगर खा लीए तो फिर मेडिसिन खा के फिर आप इतों निकलते हैं। तो लाइक कमेंट जरूर करो वीडियो में, तो बाकी मेरा दीपा भरा देख लो सैड जाके कुल्फियाँ खाता लोग लोग के ये बंदा बहुत करिंदा आ। बाकी देखो जे तो सेहत ठीक रही मेरी तो फिर अगे का सोचा तो चिंतपुर्णी माता मत्था टेक अगे भी जाके आवेंगे, तो जे इदी रहे तो फिर मुश्किल ही अगे जाना, तो फिर आप माता रानी दर्शन करावे तो आप वापसी घर जावे। फ्रेंड्स फाइनली आप पहुँच गए माता रानी के दरबार से, तो आप बाइक लाई पार्किंग दे विच, बट पार्किंग का रेट चेक करो तुसी 50 रुपए कली बाइक की पार्किंग आ, मतलब बहुत ही गल गल पता की आ। हां हां बोल, ये इना दा हुंदा ठेका, इना ने बनाने हुंदे पैसे। आहो लोकियां दे शर्ता दे नाल मतलब इना ने अपनी गेम पाउनी हुंदी आ। सही गल आ, सोचण वाली गल, उत्थे भी 3 मुंडे लगे आ, उत्थे भी 3 मुंडे मुंडे बैठे आ, इना शाम नूं दिहाड़ी किदा मिलनी। ओही ना, बट इना थोड़ी होना चाहिए, 20 रुपए अगली पार्किंग में अस्ताजी पहली बार देखया। हां मन्या 20 रुपए होवे, चल 30 रुपए कर लो पट्ठे, 50 रुपए चलो कोई ना, जिद्दां भी आ ਆਪਾਂ ਇੱਥੋਂ ਪਰਚੀ ਕਟਾ ਕੇ ਤੇ ਹੁਣ ਆਪਾਂ ਜਾ ਰਹੇ ਆ ਮਾਤਾ ਰਾਣੀ ਦੇ ਮੱਥਾ ਟੇਕਣ, ਕੀ ਹੋਰ ਕਟਾਣੀ ਪੈਂਦੀ ਆ ਦਰਬਾਰ 'ਚ ਮੱਥਾ ਟੇਕਣ ਨੂੰ ਆ ਵਾਲੀ, ਇਹ ਜ਼ਰੂਰੀ ਆ, ਇਹਦੇ ਬਿਨਾਂ ਤੁਸੀਂ ਮੱਥਾ ਨਹੀਂ ਟੇਕ ਸਕਦੇ ਦਰਬਾਰ ਦੇ ਅੰਦਰ, ਉਹਨਾਂ ਤੁਹਾਨੂੰ ਐਂਟਰੀ ਨਹੀਂ ਦੇਣੀ, ਅਤੇ ਇਸ ਕਰਕੇ ਪਹਿਲਾਂ ਪਰਚੀ ਆ ਵਾਲੀ ਲਓ ਅਤੇ ਮੱਥਾ ਟੇਕਣ ਲਈ, ਅਤੇ ਫਿਰ ਤੁਸੀਂ ਦਰਬਾਰ 'ਚ ਐਂਟਰੀ ਕਰ ਸਕਦੇ ਹੋ। लो जी फ्रेंड्स, जी आप क्या ना तुम वीडियो में दो मुंडे अपने नाल जा रहे आगा समीर आते, जय माता दी कर दो भाई, जय माता दी कर दो। इन्हों मैं सवेरे कल कहा कि आप जावे तो बाटे गेड़ी करा गए, गेड़ी करा के पहला पहुँच गए पर मिल गए अपन, तो बाकी देखो दूजा तो नाल आया नहीं मनप्रीत, तो ये समीर मैनू मिल गया आ, तो बाकी हम मत्था टेक के तो आप फिर वापसी करा, ये कहना अगे आना, मैं सॉरी अगे नहीं आ जाना, तेरा मत्था टेक लिया, टेक लिया मत्था है, कल आ चलिए फिर, कहना माता मंदिर अगे, मैं पता है ठीक है जी। आही सी अपने फ्रेंड, इन्होंने ना लिया कहने बट पहले पहुँच गए थे, तो बाकी तुम मेरी सेहत तो पता लग गया होना बुरा हाल होया पिया आ, तो बाकी कोई ना मिल जाए तुम माता रानी के दरबार के अंदर। फ्रेंड्स हम आप लग गए लैन में, तो आ मेरा वीर दीपा, तो बाकी सारी संगत, बस हूँ सानू घंटा 1.5 घंटा लगना मजी मत्था टेकन। Yeah।
फ्रेंड्स सारे ने जय माता दी। तो आप हम तुम कराए माता रानी के दर्शन, तो अज सगा पहला नराता माता चिंतपुर्णी आप मत्था टेकन आप दर्शन कराए आ। जो वीडियो वधिया लगी वीडियो शेयर करो, तो कमेंट में एक बार जय माता जरूर लिखियो। तो फ्रेंड्स तुम दसी गया मैं पहला कि मेरी सेहत बहुत डाउन आ, इस करके आप अगे नहीं जा सकते, इस करके आप हम वापसी जा रहे हैं। तो ठीक है जी, हम अपने आर के ब्लॉग में इजाजत दो, ठीक है, हम तुम मिल जाए नैक्सट ब्लॉग में। तो चैनल सबसक्राइब जरूर करो दीपे, हाँ एंड तो ही आंदा है मेरा वीर। सही गल सर फ्रेंड मेरा सच्ची बहुत मतलब सिर दर्द, जुकाम, बुखार बहुत आ, तो डैक्स ज़्यादा पेन कर दी पी, इस करके मैं हूँ अगे नहीं जाना, तो हम वापसी करते हैं। तो बाकी आप पूरी तैयारी ना ही आए थे, तो अगे कांगड़े माता भी आना, तो चमंडा देवी माता भी आना, बट हूँ मैं फिर अगे जा नहीं सकता। ठीक है जी, आप मिलते नैक्सट ब्लॉग में।